ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਭਗਵੰਤ ਮਾਨ। ਦੋਸਤੋ, ਜੇ ਹੁਣ ਪ੍ਰਚਾਰ ਖਤਮ ਹੋ ਗਿਆ, ਮੈਂ ਤੁਹਾਨੂੰ ਸਿਰਫ ਇੱਕ ਬੇਨਤੀ ਕਰਨੀ ਸੀ। ਇਸ ਤੋਂ ਵੱਧ ਨਹੀਂ ਮੈਂ ਕਰ ਸਕਦਾ। ਬੇਹੋਸ਼ੀ ਦੇ ਲੈਵਲ ਤੱਕ, ਪਾਗਲਪਨ ਦੇ ਲੈਵਲ ਤੱਕ ਮੈਂ ਕੰਮ ਕੀਤਾ, ਮੈਂ ਆਪਣਾ ਫਰਜ਼ ਨਿਭਾਤਾ, ਹੁਣ ਫਰਜ਼ ਨਿਭਾਉਣ ਦੀ ਵਾਰੀ ਤੁਹਾਡੀ ਹੈ। ਕੱਲ੍ਹ ਨੂੰ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾਇਓ। ਜੇ ਹੁਣ ਵੀ ਪੰਜਾਬੀ ਨਾ ਬਦਲੇ, ਜੇ ਹੁਣ ਵੀ ਆਪਾਂ ਨੇ ਕੋਈ ਇਸ ਤਰ੍ਹਾਂ ਦੀ ਗਲਤੀ ਕਰ, ਤਾਂ ਘੱਟੋ ਘੱਟ ਮੇਰਾ ਕਸੂਰ ਨਹੀਂ ਹੋਊਗਾ ਇਹ 'ਚ। ਹੁਣ ਘੱਟੋ ਘੱਟ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਊਗਾ, ਇਹ ਗੱਲ ਦਾ ਮੈਨੂੰ ਸਕੂਨ ਹੈ। ਸੋ ਮੈਂ ਆਪਣਾ ਫਰਜ਼ ਨਿਭਾਤਾ। ਬੜੇ ਇਲਜ਼ਾਮ ਲਾਏ ਇਹਨਾਂ ਨੇ, ਬੜੇ ਦੋਸ਼ ਲਾਏ, ਪਤਾ ਨਹੀਂ ਕੀ ਕੀਤਾ, ਘਟੀਆ ਕਿਸਮ ਦੀਆਂ ਹਰਕਤਾਂ ਇਹਨਾਂ ਨੇ ਕੀਤੀਆਂ, ਪਰ ਤੁਹਾਡੇ ਪਿਆਰ ਸਦਕਾ ਲੱਗੇ ਰਹੇ ਅਤੇ ਉਮੀਦ ਹੈ, ਕੱਲ੍ਹ ਨੂੰ ਉਮੀਦ ਹੈ ਕਿ ਨਵਾਂ ਸੂਰਜ ਚੜ੍ਹੇਗਾ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ। ਸਾਰਿਆਂ ਨੂੰ ਕਹੋ ਕੱਲ੍ਹ ਨੂੰ ਬਦਲਾਂਗੇ। ਬਹੁਤ ਹੋ ਗਈ ਕਾਂਗਰਸ, ਬਹੁਤ ਹੋ ਗਈ ਅਕਾਲੀ, ਕੁਛ ਨਵੀਂ ਕਹਾਣੀ ਲਿਖੀਏ, ਕੋਈ ਨਵਾਂ ਰਾਹ ਪਾਈਏ, ਕੋਈ ਨਵੀਂ ਡੰਡੀ ਬਣਾਈਏ। ਸੜਕਾਂ ਸਰਕਾਰਾਂ ਬਣਾਉਂਦੀਆਂ ਨੇ, ਅਤੇ ਸੜਕਾਂ ਕਈ ਵਾਰੀ ਮੰਜ਼ਿਲ 'ਤੇ ਲੇਟ ਲੈ ਕੇ ਜਾਂਦੀਆਂ ਨੇ। ਜਿਹੜੀਆਂ ਲੋਕਾਂ ਦੁਆਰਾ ਬਣਾਈਆਂ ਹੋਈਆਂ ਡੰਡੀਆਂ ਨੇ ਉਹ ਪਹਿਲਾਂ ਲੈ ਜਾਂਦੀਆਂ ਨੇ, ਅਤੇ ਸੜਕਾਂ 'ਤੇ ਟੋਲ ਟੈਕਸ ਆ ਜਾਂਦੇ ਨੇ, ਡੰਡੀਆਂ 'ਤੇ ਕੋਈ ਟੋਲ ਟੈਕਸ ਨਹੀਂ ਹੁੰਦਾ। ਸੋ ਆਪਣੀ ਡੰਡੀ ਕੱਲ੍ਹ ਨੂੰ ਆਪਣਾਓ। ਬਹੁਤ 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 ਧੰਨਵਾਦ ਤੁਸੀਂ ਫੇਸਬੁੱਕ 'ਤੇ, ਯੂਟਿਊਬ 'ਤੇ, ਵਟਸਐਪ 'ਤੇ, ਟਵਿੱਟਰ 'ਤੇ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਜ਼ਿਆਦਾ ਪਿਆਰ ਦਿੱਤਾ, ਕਮੈਂਟ ਕੀਤੇ, ਸਾਰੇ ਕਮੈਂਟਾਂ 'ਤੇ ਮੈਂ ਪੜ੍ਹ ਵੀ ਨਹੀਂ ਸਕਿਆ ਹੋਊਗਾ, ਜਵਾਬ ਵੀ ਨਹੀਂ ਦੇ ਸਕਿਆ ਹੋਊਗਾ, ਪਰ ਤੁਹਾਡਾ ਪਿਆਰ ਮੇਰਾ ਹੌਂਸਲਾ ਵਧਾਉਂਦਾ ਰਿਹਾ। ਲਵ ਯੂ ਆਲ। ਮੇਰੇ ਵੋਕਲ ਕੋਰਡਸ ਦੇ ਵਿੱਚ ਇਨਫੈਕਸ਼ਨ ਹੋ ਗਈ, ਕੋਈ ਗੱਲ ਨਹੀਂ, ਸ਼ਾਇਦ ਕੱਲ੍ਹ ਤੋਂ ਬਾਅਦ ਮੇਰੇ ਬੋਲਣ ਦੀ ਲੋੜ ਨਾ ਰਹੇ। ਪੰਜਾਬ ਬੋਲੂਗਾ ਕੱਲ੍ਹ ਨੂੰ। ਲਵ ਯੂ।